ਭਾਰਤ ਅਤੇ ਕੈਨੇਡਾ ਦੇ ਵਿੱਚ ਤਣਾਅ ਦਰਮਿਆਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋ ਤੁਹਾਨੂੰ ਦੱਸ ਦਈਏ ਕਿ ਮੁੰਬਈ ਬੈਂਗਲੁਰੂ ਇਸ ਦੇ ਨਾਲ ਹੀ ਚੰਡੀਗੜ੍ਹ ਨੂੰ ਲੈ ਕੇ ਕੈਨੇਡਾ ਨੇ ਅਹਿਮ ਫੈਸਲਾ ਲਿਆ ਇਸ ਦੇ ਨਾਲ ਹੀ। ਹੋਰ ਜਾਣਕਾਰੀ ਤੁਹਾਨੂੰ ਦੱਸਿਆ ਕਿ ਆਖਿਰ ਹੁਣ ਇਸ ਤਰ੍ਹਾਂ ਜੋ ਤਣਾਅ ਹੈ ਲਗਾਤਾਰ ਤਣਾਅ ਵਧਿਆ ਹੋਇਆ ਹੈ ਭਾਰਤ ਅਤੇ ਕੈਨੇਡਾ ਦਰਮਿਆਨ ਇਸ ਦਰਮਿਆਨ ਕੈਨੇਡਾ ਨੇ ਆਖਿਰ ਕਿਹੜੇ ਕਿਹੜੇ ਫੈਸਲੇ ਲਿੱਤੇ ਨੇ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਭਾਰਤ ਵਾਸੀਆਂ ਦੇ ਉੱਤੇ ਇਹ ਜੋ ਫੈਸਲੇ ਨੇ ਭਾਰੂ ਪੈਣ ਵਾਲੇ ਨੇ। ਫਿਲਹਾਲ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੇ ਦਿੰਦੇ ਹਾਂ। ਸੋ ਕੈਨੇਡਾ ਤੇ ਭਾਰਤ ਦੇ ਵਿਚਕਾਰ ਜੋ ਸੰਬੰਧਾਂ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ। ਇਸ ਕੜੀ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋ ਭਾਰਤ ਤੋਂ ਕੈਨੇਡਾ ਦੇ ਚਾਹਵਾਨ ਲੋਕਾਂ ਦੇ ਲਈ ਇਹ ਖਬਰ ਹੈ। ਸੋ ਤਣਾਅ ਦਰਮਿਆਨ ਕੈਨੇਡਾ ਨੇ ਭਾਰਤ ਤੋਂ ਆਪਣੇ 31 ਜਿੱਥੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ, ਉੱਥੇ ਦੂਜੇ ਪਾਸੇ ਤੋਂ ਦੱਸ ਦਈਏ ਕਿ ਕੈਨੇਡਾ ਨੇ ਬੈਂਗਲੁਰੂ, ਚੰਡੀਗੜ੍ਹ ਇਸ ਦੇ ਨਾਲ ਹੀ ਮੁੰਬਈ ਦੇ ਵਿੱਚ ਵੀਜ਼ਾ ਅਤੇ ਵਿਅਕਤੀਗਤ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਹੈ। ਜੀ ਹਾਂ, ਮੁਅੱਤਲ ਕਰ ਦਿੱਤਾ ਗਿਆ। ਨਿੱਜੀ ਰਿਪੋਰਟਾਂ ਦੀ ਗੱਲ ਕਰੀਏ ਤਾਂ ਵੀਜ਼ਾ ਲੈਣ ਵਾਲੇ ਲੋਕਾਂ ਨੂੰ ਹੁਣ ਵੀਜ਼ਾ ਪ੍ਰੋਸੈਸਿੰਗ ਕਰਵਾਉਣ ਦੇ ਲਈ ਦਿੱਲੀ ਜਾਣਾ ਪਵੇਗਾ, ਜਿਸ ਤੋਂ ਬਾਅਦ ਲਗਾਤਾਰ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧਿਆ ਹੋਇਆ। ਪਰ ਇਸੇ ਵਿਚਾਲੇ ਹੁਣ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਜੋ ਕੈਨੇਡਾ ਹੈ, ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿੱਥੇ ਭਾਰਤ ਵਾਸੀ ਵੱਡੇ ਪੱਧਰ ਦੇ ਉੱਤੇ ਵਿਜ਼ਿਟ ਕਰਦੇ ਨੇ, ਭਾਵੇਂ ਫਿਰ ਉਹ ਘੁੰਮਣ ਫਿਰਨ ਦਾ ਸ਼ੌਕ ਹੋਵੇ, ਭਾਵੇਂ ਆਪਣੀ ਨੌਕਰੀ ਹੋਵੇ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਜੋ ਲੋਕ ਨੇ ਕੈਨੇਡਾ ਜਾ ਕੇ ਆਪਣੀ ਨੌਕਰੀ ਕਰਦੇ ਨੇ, ਪਰ ਲਗਾਤਾਰ ਜੋ ਭਾਰਤ ਦਾ ਰਵੱਈਆ ਹੈ ਕੈਨੇਡਾ ਦੇ ਖਿਲਾਫ਼ ਕਿਤੇ ਨਾ ਕਿਤੇ ਗੁੱਸੇ ਵਾਲਾ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਕੈਨੇਡਾ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਸੋ 41 ਡਿਪਲੋਮੈਟਾਂ ਨੂੰ ਵਾਪਸ ਕੈਨੇਡਾ ਬੁਲਾ ਲਿਆ ਗਿਆ ਕੈਨੇਡਾ ਦੇ ਵੱਲੋਂ, ਪਰ ਦੂਜੇ ਪਾਸੇ ਕੈਨੇਡਾ ਨੇ ਬੈਂਗਲੁਰੂ, ਚੰਡੀਗੜ੍ਹ ਅਤੇ ਮੁੰਬਈ ਦਾ ਵੀਜ਼ਾ ਅਤੇ ਇਸ ਦੇ ਨਾਲ ਹੀ ਵਿਅਕਤੀਗਤ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ। ਫਿਲਹਾਲ ਇਹ ਜੋ ਜਾਣਕਾਰੀ ਹੈ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ। ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵੱਧਦਾ ਹੋਇਆ ਨਜ਼ਰ ਆ ਰਿਹਾ। ਇੱਕ ਪਾਸੇ ਗੱਲ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ, ਤਾਂ ਜਿਵੇਂ ਹੀ ਟਰੂਡੋ ਆਪਣਾ ਬਿਆਨ ਦਿੰਦੇ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਜੋ ਕਤਲ ਹੈ ਇਸਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ, ਤਾਂ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਮਾਹੌਲ ਤਣਾਅ ਪੂਰਵਕ ਦੇਖਣ ਨੂੰ ਮਿਲ ਰਿਹਾ ਹੈ। ਪਰ ਇਸੇ ਵਿਚਾਲੇ ਲਗਾਤਾਰ ਜੋ ਤਣਾਅ ਇਸਦੀ ਚਲਦੀ ਲੜੀ ਦੇ ਦੌਰਾਨ ਇਹ ਫੈਸਲਾ ਲਿਆ ਗਿਆ। ਫਿਲਹਾਲ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ, ਵਿਸ਼ੇ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ। ਭਾਰਤ ਅਤੇ ਕੈਨੇਡਾ ਦੇ ਵਿੱਚ ਤਣਾਅ ਦਰਮਿਆਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋ ਤੁਹਾਨੂੰ ਦੱਸ ਦਈਏ ਕਿ ਮੁੰਬਈ, ਬੈਂਗਲੁਰੂ ਇਸ ਦੇ ਨਾਲ ਹੀ ਚੰਡੀਗੜ੍ਹ ਨੂੰ ਲੈ ਕੇ ਕੈਨੇਡਾ ਨੇ ਅਹਿਮ ਫੈਸਲਾ ਲਿਆ ਇਸ ਦੇ ਨਾਲ ਹੀ। ਹੋਰ ਜਾਣਕਾਰੀ ਤੁਹਾਨੂੰ ਦਿੰਦੇ ਕਿ ਆਖਿਰ ਹੁਣ ਇਸ ਤਰ੍ਹਾਂ ਜੋ ਤਣਾਅ ਹੈ ਲਗਾਤਾਰ ਤਣਾਅ ਵਧਿਆ ਹੋਇਆ ਹੈ ਭਾਰਤ ਅਤੇ ਕੈਨੇਡਾ ਦਰਮਿਆਨ ਇਸ ਦਰਮਿਆਨ ਕੈਨੇਡਾ ਨੇ ਆਖਿਰ ਕਿਹੜੇ ਕਿਹੜੇ ਫੈਸਲੇ ਲਿੱਤੇ ਨੇ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਭਾਰਤ ਵਾਸੀਆਂ ਦੇ ਉੱਤੇ ਇਹ ਜੋ ਫੈਸਲੇ ਨੇ ਭਾਰੂ ਪੈਣ ਵਾਲੇ ਨੇ। ਫਿਲਹਾਲ ਤੁਹਾਨੂੰ ਮਾਮਲੇ ਦੀ ਜਾਣਕਾਰੀ ਦੇ ਦਿੰਦੇ ਹਾਂ। ਸੋ ਕੈਨੇਡਾ ਤੇ ਭਾਰਤ ਦੇ ਵਿਚਕਾਰ ਜੋ ਸੰਬੰਧਾਂ ਦੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ। ਇਸ ਕੜੀ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋ ਭਾਰਤ ਤੋਂ ਕੈਨੇਡਾ ਦੇ ਚਾਹਵਾਨ ਲੋਕਾਂ ਦੇ ਲਈ ਇਹ ਖਬਰ ਹੈ। ਸੋ ਤਣਾਅ ਦਰਮਿਆਨ ਕੈਨੇਡਾ ਨੇ ਭਾਰਤ ਤੋਂ ਆਪਣੇ 31 ਜਿੱਥੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ, ਉੱਥੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ ਬੈਂਗਲੁਰੂ, ਚੰਡੀਗੜ੍ਹ ਇਸ ਦੇ ਨਾਲ ਹੀ ਮੁੰਬਈ ਦੇ ਵਿੱਚ ਵੀਜ਼ਾ ਅਤੇ ਵਿਅਕਤੀਗਤ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਹੈ। ਜੀ ਹਾਂ, ਮੁਅੱਤਲ ਕਰ ਦਿੱਤਾ ਗਿਆ। ਨਿੱਜੀ ਰਿਪੋਰਟਾਂ ਦੀ ਗੱਲ ਕਰੀਏ ਤਾਂ ਵੀਜ਼ਾ ਲੈਣ ਵਾਲੇ ਲੋਕਾਂ ਨੂੰ ਹੁਣ ਵੀਜ਼ਾ ਪ੍ਰੋਸੈਸਿੰਗ ਕਰਵਾਉਣ ਦੇ ਲਈ ਦਿੱਲੀ ਜਾਣਾ ਪਵੇਗਾ, ਜਿਸ ਤੋਂ ਬਾਅਦ ਲਗਾਤਾਰ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧਿਆ ਹੋਇਆ। ਪਰ ਇਸੇ ਵਿਚਾਲੇ ਹੁਣ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਜੋ ਕੈਨੇਡਾ ਹੈ, ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿੱਥੇ ਭਾਰਤ ਵਾਸੀ ਵੱਡੇ ਪੱਧਰ ਦੇ ਉੱਤੇ ਵਿਜ਼ਿਟ ਕਰਦੇ ਨੇ, ਭਾਵੇਂ ਫਿਰ ਉਹ ਘੁੰਮਣ ਫਿਰਨ ਦਾ ਸ਼ੌਕ ਹੋਵੇ, ਭਾਵੇਂ ਆਪਣੀ ਨੌਕਰੀ ਹੋਵੇ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਜੋ ਲੋਕ ਨੇ ਕੈਨੇਡਾ ਜਾ ਕੇ ਆਪਣੀ ਨੌਕਰੀ ਕਰਦੇ ਨੇ, ਪਰ ਲਗਾਤਾਰ ਜੋ ਭਾਰਤ ਦਾ ਰਵੱਈਆ ਹੈ ਕੈਨੇਡਾ ਦੇ ਖਿਲਾਫ਼ ਕਿਤੇ ਨਾ ਕਿਤੇ ਗੁੱਸੇ ਵਾਲਾ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਕੈਨੇਡਾ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਸੋ 41 ਡਿਪਲੋਮੈਟਾਂ ਨੂੰ ਵਾਪਸ ਕੈਨੇਡਾ ਬੁਲਾ ਲਿਆ ਗਿਆ ਕੈਨੇਡਾ ਦੇ ਵੱਲੋਂ, ਪਰ ਦੂਜੇ ਪਾਸੇ ਕੈਨੇਡਾ ਨੇ ਬੈਂਗਲੁਰੂ, ਚੰਡੀਗੜ੍ਹ ਅਤੇ ਮੁੰਬਈ ਦਾ ਵੀਜ਼ਾ ਅਤੇ ਇਸ ਦੇ ਨਾਲ ਹੀ ਵਿਅਕਤੀਗਤ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ। ਫਿਲਹਾਲ ਇਹ ਜੋ ਜਾਣਕਾਰੀ ਹੈ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ। ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵੱਧਦਾ ਹੋਇਆ ਨਜ਼ਰ ਆ ਰਿਹਾ। ਇੱਕ ਪਾਸੇ ਗੱਲ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ, ਤਾਂ ਜਿਵੇਂ ਹੀ
ਟਰੂਡੋ ਆਪਣਾ ਬਿਆਨ ਦਿੰਦੇ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਜੋ ਕਤਲ ਹੈ ਇਸ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ ਤਾਂ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਮਾਹੌਲ ਤਣਾਅਪੂਰਵਕ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਦੇ ਵਿਚਾਲੇ ਲਗਾਤਾਰ ਜੋ ਤਣਾਅ ਇਸ ਦੀ ਚਲਦੀ ਲੜੀ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਫਿਲਹਾਲ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਵਿਸ਼ੇ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰਨਾ।